ਦਿਖੋ ਸਰ ਇਹ ਮੇਰੀ ਸ਼ਿਕਾਇਤ ਸੀਗੀ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੇ ਤਲਵੰਡੀ ਸਾਬੋ ਹਲਕੇ ਦੇ ਸਿਟਿੰਗ ਐਮਐਲਏ ਨੇ ਆਪੋਜੀਸ਼ਨ ਦੇ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਉਹ ਜਿਹੜੇ ਪ੍ਰੈਜ਼ੈਂਟਲੀ ਜਿਸ ਵੋਟ ਦੇ ਉੱਪਰ ਐਮਐਲਏ ਬਣੇ ਨੇ ਉਹ ਵੋਟ ਵੈਲਿਡ ਵੋਟ ਨਹੀਂ ਹੈ ਉਸ ਦਾ ਕਾਰਨ ਹੈ ਕਿ ਉਹਨਾਂ ਨੇ ਆਪਣੇ ਉਸ ਦੇ ਵੋਟ ਦੇ ਉੱਤੇ ਉਹਨਾਂ ਨੇ ਆਪਣੇ ਫਾਦਰ ਦਾ ਨਾਮ ਜਿਹੜਾ ਹੈ ਉਹ ਦਰਸ਼ਨ ਸਿੰਘ ਦਿਖਾਇਆ ਹੈ ਜੋ ਉਹਨਾਂ ਦੇ ਜਨਮ ਦੇਣ ਵਾਲੇ ਪਿਤਾ ਨੇ ਜਦ ਕਿ 1997 ਦੇ ਵਿੱਚ ਇੱਕ ਗੋਦਨਾਮਾ ਹੋਇਆ ਸੀ ਜਿਸ ਦੇ ਵਿੱਚ ਬਲਜਿੰਦਰ ਕੌਰ ਜੀ ਨੂੰ ਬਕਾਇਦਾ ਅ ਅਡਾਪਟ ਕਰ ਲਿੱਤਾ ਗਿਆ ਸੀਗਾ ਅਮਰਜੀਤ ਸਿੰਘ ਜੀ ਵੱਲੋਂ ਜਿਨ੍ਹਾਂ ਦੀ 2002 ਦੇ ਵਿੱਚ ਡੈਥ ਹੋ ਗਈ ਉਸ ਵੇਲੇ 2005 ਦੇ ਵਿੱਚ ਉਹਨਾਂ ਨੇ ਇੱਕ ਵੋਟ ਬਣਵਾਈ ਆਪਣੀ ਜਿਸ ਦੇ ਵਿੱਚ ਬਲਜਿੰਦਰ ਕੌਰ ਡਾਕਟਰ ਆਫ ਅਮਰਜੀਤ ਸਿੰਘ ਲਿਖਵਾਇਆ ਤੇ ਉਸ ਦਿਨ ਦੀ ਪ੍ਰਾਪਰਟੀ ਦੇ ਉੱਪਰ ਇਹਨਾਂ ਦੇ ਇੱਕ ਕੇਸ ਵੀ ਚੱਲਿਆ ਸੀਗਾ ਜੀ ਤਲਵੰਡੀ ਸਾਬੋ ਦੀ ਅਦਾਲਤ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਇਸ ਵੋਟ ਨੂੰ ਤੇ ਇਹ ਸਾਰੀਆਂ ਚੀਜ਼ਾਂ ਨੂੰ ਐਜ਼ ਅ ਪ੍ਰੂਫ ਲਗਾਇਆ 2010 11 ਦੇ ਵਿੱਚ ਜਦੋਂ ਕੇਸ ਦਾ ਨਿਪਟਾਰਾ ਹੋਇਆ ਤੇ ਇਹਨਾਂ ਨੂੰ ਕੋਈ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਨਹੀਂ ਮਿਲਿਆ ਤਾਂ ਇਹਨਾਂ ਨੇ 2011 ਦੇ ਵਿੱਚ ਇੱਕ ਦੁਬਾਰਾ ਇੱਕ ਵੋਟ ਬਣਵਾ ਲਈ ਬਲਜਿੰਦਰ ਕੌਰ ਡਾਕਟਰ ਆਫ ਦਰਸ਼ਨ ਸਿੰਘ ਜੋ ਇਹਨਾਂ ਦੇ ਜਨਮ ਵਾਲੇ ਪਿਤਾ ਨੇ ਜਦ ਕਿ Hindu Adoption Act 1956 ਦੇ ਹਿਸਾਬ ਨਾਲ ਇੱਕ ਵਾਰ ਜਦੋਂ ਆਪਾਂ ਅਡਾਪਟ ਕਰ ਲੈਂਦੇ ਜਾਂਦੇ ਆ ਤਾਂ ਉਦੋਂ ਆਪਾਂ ਜਿਹੜੇ ਹੈ ਆਪਣਾ ਆਪਣੇ ਜਨਮ ਦੇਣ ਵਾਲੇ ਪਿਤਾ ਦਾ ਨਾਮ ਲੀਗਲ ਡਾਕੂਮੈਂਟਸ ਦੇ ਵਿੱਚ ਨਹੀਂ ਲਗਾ ਸਕਦੇ ਤਾਂ ਐਮਐਲਏ ਬਣਨ ਲਈ ਸਭ ਤੋਂ ਮੇਨ ਦੋ ਚੀਜ਼ਾਂ ਹੁੰਦੀਆਂ ਨੇ ਜੀ ਇੱਕ ਭਾਰਤ ਦਾ ਸਿਟੀਜ਼ਨ ਹੋਣਾ ਨੰਬਰ 2 ਦੇ ਉੱਤੇ ਜਿਹੜੀ ਚ ਆਂਦੀ ਹੈ ਉਹ ਵੈਲਿਡ ਵੋਟਰ ਕਾਰਡ ਸਟੇਟ ਦਾ ਹੋਣਾ ਤੇ ਮੇਰੀ ਆਬਜੈਕਸ਼ਨ ਇਹ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਜੋ ਐਮਐਲਏ ਬਲਜਿੰਦਰ ਕੌਰ ਨੇ ਉਹਨਾਂ ਦੀ ਜਿਹੜੀ ਪ੍ਰੈਜ਼ੈਂਟ ਵੋਟ ਹੈ ਜਿਸ ਜ ਨੂੰ ਦਿਖਾ ਕੇ ਉਹ ਐਮਐਲਏ ਬਣੇ ਨੇ ਉਹ ਵੈਲਿਡ ਵੋਟਰ ਕਾਰਡ ਹੀ ਨਹੀਂ ਹੈ ਤਾਂ ਇਹਨਾਂ ਦੀ ਜਿਹੜੀ ਐਮ.ਐਲ.ਏ ਤੋਂ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਇਹ ਬਕਾਇਦਾ ਹੁਣ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਇਨਕੁਆਇਰੀ ਬਠਾਈ ਸੀ ਉਸ ਦੇ ਵਿੱਚ ਇਨਕੁਆਇਰੀ ਆਫੀਸਰ ਡਾਕੂਮੈਂਟਸ ਦੇਖ ਕੇ ਦੋਨੋਂ ਪੱਖ ਸੁਣ ਕੇ ਤੇ ਸਾਰੀਆਂ ਚੀਜ਼ਾਂ ਸੁਣ ਕੇ ਤਾਂ ਉਹਨਾਂ ਨੇ ਬਕਾਇਦਾ ਇੱਕ ਲੈਟਰ ਦਿੱਤੀ ਹੈ ਜਿਸ ਦੇ ਵਿੱਚ ਪ੍ਰੂਵ ਹੋ ਚੁੱਕਿਆ ਹੈ ਕਿ ਇਹ ਦੋਨੋਂ ਵੋਟਾਂ ਇੱਕੋ ਬੰਦੇ ਦੀਆਂ ਨੇ ਉਹ ਹੈ ਬਲਜਿੰਦਰ ਕੌਰ ਤੇ ਉਸ ਦੇ ਉਹਨਾਂ ਨੇ ਬਕਾਇਦਾ ਟਿੱਪਣੀ ਵੀ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਬਾਰ-ਬਾਰ ਬਲਜਿੰਦਰ ਕੌਰ ਨੇ ਝੂਠੇ ਬਿਆਨ ਦਿੱਤੇ ਨੇ ਨੈਕਸਟ ਸਟੈਪ ਜੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਵੀ ਡਿਸੀਜਨ ਆਏਗਾ ਉਸ ਦੀ ਵੇਟ ਕਰਾਂਗੇ ਕਿਉਂਕਿ ਹੁਣ ਇਹ ਤਾਂ ਬਰਖਾਸ ਚਾਹੀਦੇ ਨੇ ਇਹ ਵੈਸੇ ਵੀ ਉਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ ਜਿਹੜੇ ਨੈਤਿਕਤਾ ਦੇ ਉੱਤੇ ਕਿਸੇ ਦੇ ਉੱਤੇ ਇਲਜ਼ਾਮ ਲੱਗ ਜੇ ਤਾਂ ਉਹਨਾਂ ਕੋਲੋਂ ਰੈਜ਼ੀਗਨੇਸ਼ਨ ਮੰਗਦੇ ਨੇ ਹੁਣ ਇੱਥੇ ਤਾਂ ਪ੍ਰੂਵ ਹੋ ਚੁੱਕਿਆ ਹੈ ਕਿ ਦੋਨੋਂ ਵਾਰ ਜਿਹੜੀਆਂ ਆਬਜੈਕਸ਼ਨ ਲੱਗੀਆਂ ਨੇ ਉਹ ਵੈਲਿਡ ਆਬਜੈਕਸ਼ਨ ਸੀਗੀਆਂ ਤੇ ਦੋਨੋਂ ਵਾਰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਝੂਠਾ ਬਿਆਨ ਤੇ ਝੂਠੇ ਆਫਰ ਡਿਟੇ ਨੇ ਕਿ ਮੈਨੂੰ ਦੂਸਰੀ ਵੋਟ ਬਾਰੇ ਪਤਾ ਨਹੀਂ ਹੈ ਜਦ ਕਿ ਜਿਹੜਾ ਕੇਸ ਚੱਲਿਆ ਸੀ ਉਸ ਦੇ ਵਿੱਚ ਇਹ ਖੁਦ ਅਦਾਲਤ ਨੂੰ ਇਸ ਵੋਟ ਨੂੰ ਐਜ਼ ਅ ਪ੍ਰੂਫ ਲਗਾ ਕੇ ਦੇ ਰਹੇ ਨੇ ਤੇ ਇਹਨਾਂ ਨੂੰ ਪਤਾ ਕਿ ਇਹ ਤਾਂ ਸਰੇਆ ਇੱਕ ਚੋਰੀ ਹੋ ਗਈ ਜੀ ਮਤਲਬ ਕਿ ਇਲੈਕਸ਼ਨ ਕਮਿਸ਼ਨ ਨੇ ਕਿਉਂ ਨਹੀਂ ਕੀਤੀ 2014 ਦੇ ਵਿੱਚ ਇਨਕੁਆਇਰੀ ਤੇ 2017 ਚ ਕਿਉਂ ਨਹੀਂ ਕੀਤੀ ਦੁਵਾਰਾ ਜਦੋਂ ਆਬਜੈਕਸ਼ਨ ਲੱਗਿਆ ਇਨਕੁਆਇਰੀ ਇਸ ਵਾਰ ਇਹ ਇਲੈਕਸ਼ਨ ਕਮਿਸ਼ਨ ਹੀ ਟੈਪਣੀ ਕਰ ਸਕਦਾ ਹੈ ਜੀ ਉਹ ਆਪਣੀ ਇਨਕੁਆਇਰੀ ਕਰਨ ਵੀ ਡਿਸਟ੍ਰਿਕਟ ਇਲੈਕਸ਼ਨ ਕਮਿਸ਼ਨਰ ਨੇ ਉਸ ਟਾਈਮ ਦੇ ਉੱਤੇ ਇਨਕੁਆਇਰੀ ਕਿਉਂ ਨਹੀਂ ਕੀਤੀ ਹੈ ਪਰ ਅੱਜ ਦੇ ਤਰੀਕ ਚ ਮੇਰੀ ਡਿਮਾਂਡ ਸਪੀਕਰ ਸਾਹਿਬ ਨੂੰ ਵੀ ਹੈ ਪੰਜਾਬ ਵਿਧਾਨ ਸਭਾ ਦੇ ਤਾਂ ਮੈਂ ਵੋਨਰੇਬਲ ਸਪੀਕਰ ਨੂੰ ਵੀ ਕਹਾਂਗਾ ਕਿ ਤੁਹਾਡੇ ਵਿਧਾਨ ਸਭਾ ਦੇ ਵਿੱਚ ਹੁਣ ਜਦੋਂ ਪ੍ਰੂਵ ਹੋ ਚੁੱਕੀ ਹੈ ਇਹ ਚੀਜ਼ ਜੀ ਬਾਕੀ ਦਾ ਇਹਨਾਂ ਦੇ ਉੱਪਰ ਇੱਕ ਐਕਸ਼ਨ ਲਿੱਤਾ ਜਾਵੇ ਇੱਕ ਸਾਲ ਤੋਂ ਜਿੰਨੇ ਬੈਨੀਫਿਟਸ ਲੋਕਾਂ ਦਾ ਟੈਕਸ ਰਹੀਂ ਐਮਐਲਐਸ ਨੂੰ ਜਿੰਨੇ ਬੈਨੀਫਿਟ ਮਿਲਦੇ ਨੇ ਉਹ ਵੀ ਵਾਪਸ ਲਿੱਤੇ ਜਾਣ